ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ। ਇੱਕ ਹੋਰ ਬਹੁਤ ਸੋਹਣੀ ਅੱਜ ਖਬਰ ਮੋਰਨਿੰਗ ਮੋਰਨਿੰਗ ਸੁਣਨ ਨੂੰ ਆਪਾਂ ਨੂੰ ਮਿਲੀ ਆ ਵੀ ਖੇਤੀ ਕਾਨੂੰਨ ਆ ਜਿਹੜੇ ਤਿੰਨ ਜਿਹੜੇ ਬਿੱਲ ਕੀਤੇ ਸੀ ਇਹਨਾਂ ਨੇ ਉਹ ਰੱਦ ਕਰਨ ਜਾ ਰਹੇ ਆ। ਨੈਕਸਟ ਜਿਹੜੀ ਹੁਣ ਸੰਸਦ 'ਚ ਜਿੱਥੇ ਵੀ ਉਹ ਮੀਟਿੰਗ ਹੋਊਗੀ ਉੱਥੇ ਚਲੋ ਮਹਾਰਾਜ ਕਿਰਪਾ ਕਰਨ ਉਹ ਰੱਦ ਹੋਣ ਛੇਤੀ ਤੋਂ ਛੇਤੀ। ਐਲਾਨ ਤਾਂ ਕਰਤਾ ਇਹਨਾਂ ਨੇ, ਮਤਲਬ ਹੋ ਹੀ ਜਾਣੇ ਆ। ਤੋ ਅੱਜ ਬਹੁਤ ਖੁਸ਼ੀ ਦਾ ਦਿਨ ਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਨਾਂ ਦਾ ਪ੍ਰਕਾਸ਼ ਪੁਰਬ ਵੀ ਅੱਜ, ਅਤੇ ਅੱਜ ਸੱਚੀ ਭਾਗਾਂ ਭਰਿਆ ਦਿਨ। ਅੱਜ ਗੁਰਪੁਰਬ ਕਰਕੇ ਜ਼ਿਆਦਾ ਰਸ਼ ਕੱਲੀ ਕੱਲੀ ਨੂੰ ਕੌਣ ਬੈਠ ਕੇ ਲਾਊਗਾ ਸਾਰਿਆਂ ਨੂੰ? ਚੱਲ ਵੀ ਉੱਪਰੇ ਹੋ ਜਾਓ, ਇਹ 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 ਤਮਾਕਾ ਹੋਊ।
ਲਾਤੀ ਬਹੁਤ ਚੜ੍ਹਦੀ ਗੱਲ ਬਹੁਤ ਮਾੜੇ ਚੜ੍ਹਦੇ ਗੱਡੀ ਅੱਗੇ ਮੈਂ ਥੱਲੇ ਚੜ੍ਹਦਾ।
ਖੁੱਲ ਗਏ ਯਾਰ ਉਹ ਖੁੱਲ ਗਏ ਖੁੱਲ ਗਏ ਬਾਈ ਬਹੁਤ ਸੰਗਤ ਆ ਗੁਰਦੁਆਰਾ ਸਾਹਿਬ ਅੱਜ ਕਿਸਾਨੀ ਦੀ ਜਿੱਤ ਹੋਈ ਆ ਮੇਰੀ ਵਾਰੀ ਆ 8ਵੇਂ ਨੂੰ ਮੇਰੀ ਵਾਰੀ ਆ ਇੱਕ ਰਿਪੀਟ ਜੀ ਬਣ ਗਈ ਸੀ ਜਿਵੇਂ ਕਿ ਰਿਸ਼ਤੇਦਾਰੀ ਚ ਜਾਂਦੇ ਹੁੰਦੇ ਸਾਨੂੰ ਹੁਣ ਕੋਈ ਦੁੱਖ ਤਕਲੀਫੇ ਨਹੀਂ ਸੀ ਰਹੀ ਪਰ ਉੱਥੇ ਸਾਡੇ ਵੀਰੋ ਐਡੇਡੀਆਂ ਸਾਡੇ ਤੇ ਪ੍ਰੋਬਲਮ ਆਈਆਂ ਜਦੋਂ ਬਾਰਸ਼ਾਂ ਹੁੰਦੀਆਂ ਸੀ ਹਵਾ ਝੱਖਣ ਨਹੀਂ ਤੇ ਰਾਤ ਨੂੰ ਮੈਂ ਤੰਬੂ ਦੇ ਵਿੱਚ ਆਉਂਦਾ ਸੀ ਦੋਨੋਂ ਫੁੱਟ ਤੋਂ ਬਈ ਅੱਜ ਵਾਕਈ ਰੌਣਕਾਂ ਲੱਗੀਆਂ ਹਨਾ ਪੂਰੀ ਖੁਸ਼ੀ ਆ ਲੋਕਾਂ ਨੂੰ ਪੂਰਾ ਜਾਹੋ ਜਲਾਲ ਨਾਲ ਕੰਮ ਹਾਂ ਇੱਧਰ ਨਿਕਲਣਾ ਤੁਸੀਂ ਤੇ ਸਿੱਧਾ ਆ ਉੱਧਰ ਜਾਣਾ ਵਾਹ ਹੋ ਲਿਆ ਤੂੰ ਲਾਈ ਮਿਲਦੇ ਆਪਾਂ ਬਹੁਤ ਵਧੀਆ ਲੱਗਿਆ ਬਾਬਾ ਕਰੇ ਫਿਰ ਕਿਸੇ ਦਿਨ ਵਿਹਲੇ ਹੋਈਏ ਤੇ ਫਿਰ ਇਕੱਠੇ ਹੁੰਦੇ ਹਾਂ ਸਾਰੇ ਥੈਂਕ ਯੂ ਸਮਝ ਆ ਗਿਆ ਦੇਖੋ ਬੰਦਾ ਹੀ ਰਗੜਦਾ ਸੀ ਓਕੇ ਜੀ ਥੈਂਕ ਯੂ ਸੋ ਮਚ ਤੁਹਾਡਾ ਇਸ ਤੱਕ ਵੀਡੀਓ ਦੇਖਣ ਲਈ ਅੱਜ ਕਾਫੀ ਟਾਈਮ ਬਾਅਦ ਬਾਬਾ ਭਾਜੀ ਨੂੰ ਐਂਡ ਤਰਸੇਮ ਜੱਸੜ ਭਾਜੀ ਨੂੰ ਇਹਨਾਂ ਨੂੰ ਮਿਲੇ ਤੇ ਬਹੁਤ ਵਧੀਆ ਲੱਗਿਆ ਮਿਲ ਕੇ ਬਹੁਤ ਹੀ ਨਾਈਸ ਪਰਸਨ ਨੇ ਥੈਂਕ ਯੂ ਸੋ ਮੱਚ ਜੀ ਤੁਹਾਡਾ ਸਾਰਿਆਂ ਦਾ ਅਤੇ ਇੱਕ ਵਾਰ ਫਿਰ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ